ਅਮਰਿਤਪਾਲ ਤਲਾਸ਼ ਜਾਰੀ ਹੈ ਔਰ ਤਲਾਸ਼ ਬੀਤੇ ਦਿਨ ਤੋਂ ਹੋ ਰਹੀ ਹੈ ਕਰੀਬ 36 ਘੰਟੇ ਹੋ ਚੁੱਕੇ ਨੇ ਅਮਰਿਤਪਾਲ ਫਰਾਰ ਹੈ ਅਮਰਿਤਪਾਲ ਹੱਥ ਨਹੀਂ ਆਇਆ ਪੁਲਿਸ ਦੇ ਇਸ ਵਿੱਚਕਾਰ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਦੱਸਦੀ ਹਾਂ ਅਮਰਿਤਪਾਲ ਸਿੰਘ ਦੀ ਇੱਕ ਹੋਰ ਸੀਸੀਟੀਵੀ ਜਿਹੜੀ ਫੁਟੇਜ ਹੈ ਉਹ ਵਾਇਰਲ ਹੋਈ ਹੈ ਹੁਣ ਗਾਇਬ ਹੋਣ ਤੋਂ ਐਨ ਪਹਿਲਾਂ ਗੱਡੀ ਦੇ ਵਿੱਚ ਬੈਠਦਾ ਹੋਇਆ ਦਿਖਾਈ ਦੇ ਰਿਹਾ ਅਮਰਿਤਪਾਲ ਸਿੰਘ ਉਸ ਸਮੇਂ ਪੁਲਿਸ ਦੇ ਵੱਲੋਂ ਅਮਰਿਤਪਾਲ ਸਿੰਘ ਦਾ ਜਦੋਂ ਪਿੱਛਾ ਕੀਤਾ ਜਾ ਰਿਹਾ ਸੀ ਉਹਨੂੰ ਫੋਲੋ ਕਰ ਰਹੀ ਸੀ ਪੁਲਿਸ ਉਸੇ ਦੌਰਾਨ ਅਮਰਿਤਪਾਲ ਸਿੰਘ ਦੀਆਂ ਦੋ ਹੋਰ ਵੀਡੀਓਜ਼ ਸਾਹਮਣੇ ਆਈਆਂ ਸੀ ਦੋ ਕੈਮਰੇ ਜਿਹੜਾ ਇੱਕ 11:55 ਮਿੰਟ ਦੀ ਫੁਟੇਜ ਦਿਖਾ ਰਿਹਾ ਤਸਵੀਰਾਂ ਦਿਖਾ ਰਿਹਾ ਤੇ ਦੂਜਾ ਕੈਮਰਾ ਜਿਹੜਾ 11:57 ਮਿੰਟ ਦੀਆਂ ਤਸਵੀਰਾਂ ਦਿਖਾ ਰਿਹਾ ਉਹਨਾਂ ਦੇ ਵਿੱਚ ਅਮਰਿਤਪਾਲ ਸਿੰਘ ਦੀ ਗੱਡੀ 11:55 ਦੀਆਂ ਤਸਵੀਰਾਂ ਦੇ ਵਿੱਚ ਦਿਖ ਰਹੀ ਹੈ 1157 ਦੀਆਂ ਤਸਵੀਰਾਂ ਦੇ ਵਿੱਚ ਅਮਰਿਤਪਾਲ ਦੀ ਗੱਡੀ ਵਾਇਬ ਹੋ ਜਾਂਦੀ ਹੈ ਹੁਣ ਇਸੇ ਵਿਚਕਾਰ ਜੋ ਸਾਹਮਣੇ ਆਈ ਹੈ ਚੀਜ਼ ਕਿ ਅਮਰਿਤਪਾਲ ਸਿੰਘ ਦੀ ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਕਿਸੇ ਪਿੰਡ ਦੀ ਗਲੀ ਦੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਨੇ ਇੱਥੋਂ ਹੀ ਇੱਕ ਐਸਯੂਵੀ ਹੈ ਜਿਹੜੀ ਘਰ ਦੇ ਅੰਦਰੋਂ ਬਾਹਰ ਆਉਂਦੀ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਤੇਜ਼ੀ ਦੇ ਨਾਲ ਬੈਠਦੇ ਹੋਏ ਦਿਖਾਈ ਦਿੰਦੇ ਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਅੱਜ ਕੀ ਹੋਇਆ ਇਹ ਜਿਹੜੀਆਂ ਤਸਵੀਰਾਂ ਨੇ 11:55 ਮਿੰਟ ਦੀਆਂ ਤਸਵੀਰਾਂ ਤੁਸੀਂ ਕੈਮਰਾ 1 ਦੇ ਵਿੱਚ ਦੇਖ ਰਹੇ ਹੋ ਕੈਮਰਾ 1 ਤੇ ਪਹਿਲੀਆਂ ਤਸਵੀਰਾਂ ਜਦੋਂ 11:55 ਮਿੰਟ ਹੋਏ ਸੀ ਤਾਂ ਇਹ ਤਸਵੀਰਾਂ ਸ਼ਾ ਕੋਟ ਦੇ ਜਿਹੜਾ ਰੋਡ ਹੈ ਉੱਥੋਂ ਰਿਕਾਰਡ ਹੋਈਆਂ ਉਸ ਰਾਸਤੇ ਤੇ ਜਿਹੜੇ ਲੱਗੇ ਹੋਏ ਸੀਸੀਟੀਵੀਜ਼ ਨੇ ਉੱਥੋਂ ਲਈਆਂ ਪੁਲਿਸ ਨੇ ਦੂਜੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ 11:57 ਮਿੰਟ ਤੇ ਦੂਜੀ ਤਸਵੀਰ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਦੀ ਗੱਡੀ ਦਿਖਾਈ ਨਹੀਂ ਦਿੰਦੀ 1155 ਦੀਆਂ ਜੋ ਤਸਵੀਰਾਂ ਨੇ ਉਸ ਦੇ ਵਿੱਚ ਅਮਰਿਤਪਾਲ ਸਿੰਘ ਦੀ ਗੱਡੀ ਦਿਖਾਈ ਦਿੰਦੀ ਹੈ ਜਿਸ ਗੱਡੀ ਦੇ ਵਿੱਚ ਅਮਰਿਤਪਾਲ ਸਿੰਘ ਬੈਠਾ ਹੋਇਆ ਸੀ ਤੇ ਪੁਲਿਸ ਦੀ ਸਕੋਰਪੀਓ ਉਸ ਦਾ ਪਿੱਛਾ ਕਰ ਰਹੀ ਸੀ 1157 ਤੇ ਇੱਕ ਹੋਰ ਸੀਸੀਟੀਵੀ ਹੈ ਜਿਹੜਾ ਉਸ ਦੀਆਂ ਤਸਵੀਰਾਂ ਇਹ ਕਹਿੰਦੀਆਂ ਨੇ ਕਿ ਅਮਰਿਤਪਾਲ ਸਿੰਘ ਦੀ ਗੱਡੀ ਇੱਥੋਂ ਗਾਇਬ ਹੋ ਜਾਂਦੀ ਹੈ 2 ਮਿੰਟ ਦੇ ਵਿੱਚ ਹੁਣ ਜਦੋਂ ਗਾਇਬ ਹੁੰਦੀ ਹੈ ਗੱਡੀ ਤਾਂ ਤੁਹਾਨੂੰ ਜਿਹੜੀ ਤੀਜੀ ਤਸਵੀਰ ਦਿਖਾਈ ਸੀ ਉਹ ਇੱਕ ਵਾਰ ਫੇਰ ਦਿਖਾ ਦਿੰਨੇ ਆ ਜੋ ਹੁਣੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੀਜੀ ਤਸਵੀਰ ਹੈ ਇਹ ਕਰੀਬ 12 ਵਜੇ ਦੀ ਸੀਸੀਟੀਵੀ ਫੁਟੇਜ ਹੈ 2 2 3 3 ਮਿੰਟ ਦਾ ਫਰਕ ਹੈ ਬਸ ਇਹਨਾਂ ਵਿਚਕਾਰ ਨੇੜੇ ਨੇੜੇ ਦੇ ਸੀਸੀਟੀਵੀ ਕੈਮਰੇਆਂ ਤੋਂ ਹੀ ਲਗਾਈਆਂ ਗਈਆਂ ਇੱਕ ਵਾਰ ਤੁਹਾਨੂੰ ਦੱਸ ਦਈਏ ਤੀਜੀ ਜਿਹੜੀ ਅੱਜ ਸੀਸੀਟੀਵੀ ਆਈ ਹੈ ਉਹ ਇੱਕ ਵਾਰ ਦਿਖਾ ਦਈਏ ਸੋ ਉਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਅਮਰਿਤਪਾਲ ਸਿੰਘ ਕਿਸੇ ਪਿੰਡ ਦੀ ਗਲੀ ਦੇ ਵਿੱਚ ਖੜਾ ਹੋਇਆ ਦਿਖਾਈ ਦਿੰਦਾ ਸੋ 2 ਮਿੰਟ ਵਾਲਾ ਜਿਹੜਾ ਇਹ ਸਸਪੈਂਸ ਸੀ ਇਸ ਦੇ ਵਿੱਚਕਾਰ ਇਹ ਹੋਇਆ ਕਿ ਸ਼ਾਇਦ ਅਮਰਿਤਪਾਲ ਸਿੰਘ 1157 ਤੇ ਜਿਹੜੀ ਫੁਟੇਜ ਹੈ ਉਸ ਦੇ ਵਿੱਚ ਨਹੀਂ ਆ ਉਸ ਤੋਂ ਪਹਿਲਾਂ ਹੀ ਕਿਸੇ ਗਲੀ ਦੇ ਵਿੱਚ ਟਲ ਗਿਆ ਤੇ ਕਿਸੇ ਪਿੰਡ ਦੇ ਵਿੱਚ ਉਹ ਪਹੁੰਚ ਗਏ ਜਾ ਕੇ ਬਾਕੀ ਗੱਡੀਆਂ ਅੱਗੇ ਚੱਲਦੀਆਂ ਰਹੀਆਂ ਪੁਲਿਸ ਨੂੰ ਭੁਲੇਖਾ ਪਾਉਂਦੀਆਂ ਤੇ ਪੁਲਿਸ ਉਸੇ ਤਰ੍ਹਾਂ ਲਗਾਤਾਰ ਉਹਨਾਂ ਨੂੰ ਫੋਲੋ ਕਰਦੀ ਰਹੀ ਪਰ ਅਮਰਿਤਪਾਲ ਸਿੰਘ ਦੀ ਗੱਡੀ ਇਕੱਲਿਆਂ ਦੀ ਉਹ ਰਸਤੇ ਦੇ ਵਿੱਚ ਕਿਤੇ ਟਲ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਉਹ ਚਕਮਾ ਦੇਣ ਦੇ ਵਿੱਚ ਫਰਾਰ ਹੋਏ ਕਾਮਯਾਬ ਹੋਏ राघव जैन ਮੇਰੇ ਸਹਿਯੋਗੀ ਜਲੰਧਰ ਤੋਂ तमाम ਜਿਹੜੀਆਂ ਸ਼ਾਹਕੋਟ ਦੇ ਵਿੱਚ ਹੈਪਨਿੰਗ ਹੋ ਰਹੀ ਹੈ ਉਸ ਤੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਜੁੜੇ ਨੇ राघव ਕੀ ਜਾਣਕਾਰੀ ਹੈ ਸਭ ਤੋਂ ਪਹਿਲਾਂ ਅਮਰਿਤਪਾਲ ਸਿੰਘ ਨੂੰ ਲੈ ਕੇ ਜਿਹੜਾ ਆਪਰੇਸ਼ਨ ਹੈ ਉਹ ਕਿੱਥੋਂ ਕਿੱਥੇ ਤੱਕ ਪਹੁੰਚਿਆ ਪੁਲਿਸ ਦੇ ਹੱਥ ਕਿਉਂ ਨਹੀਂ ਆਇਆ ਜਦੋਂ ਗੱਡੀਆਂ ਦਾ فاਸਲਾ ਮਹਿਜ਼ 500 ਮੀਟਰ ਤੋਂ 1 ਕਿਲੋਮੀਟਰ ਦੇ ਵਿੱਚ ਕਾਰ ਇੱਕ ਦੂਜੇ ਦੇ ਅੱਗੇ ਪਿੱਛੇ ਜਾ ਰਹੇ ਸੀ ਤਾਂ ਕਿੱਧਰ ਗਾਇਬ ਹੋਇਆ ਜੀ ਗੁਰਪ੍ਰੀਤਮ 45 ਦਾ ਪੁਲਿਸ ਪੁਲੀਸ ਜੁਟੀ ਹੋਈ ਹੈ ਤੇ ਕੱਲ ਮੈਂ ਇਹੀ ਸਵਾਲ ਜਿਹੜਾ ਕੀ ਐਸਪੀਪੀ ਕੁਲਦੀਪ ਚਾਨ ਨੂੰ ਵੀ ਜਲਾ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ ਇੱਕ ਚੋਰ ਪੁਲਿਸ ਦਾ ਖੇਲ ਹੈ ਤੇ ਜਲਦੀ ਸਾਡੇ ਹੱਥ ਚ ਭਾਈ ਅਮਰਿਤਪਾਲ ਹੋਣਗੇ ਤੇ ਜਿਹੜਾ ਤੁਸੀਂ ਗੱਲ ਕੀਤੀ ਥੋੜਾ ਫਾਸਲਾ ਰਹਿ ਗਿਆ ਸੀ ਜਾਂ ਫਿਰ ਟਾਈਮ ਵਿੱਚ ਅਸੀਂ ਦੇਖ ਰਹੇ ਕਿ ਕਿੱਦਾਂ ਚੱਕਮਾ ਦੇ ਕੇ ਸਭ ਪੁਲਿਸ ਲੋਕਲ ਇਹ ਵੀ ਕੀਤਾ ਗਿਆ ਕਿ ਬਾਰ-ਬਾਰ ਜਿਹੜਾ ਉਹਨਾਂ ਵੱਲੋਂ ਗੱਡੀਆਂ ਵੀ ਚੇਂਜ ਕੀਤੀ ਗਈ ਹੈ ਪੈਦਲ ਵੀ ਧੋਨੇ ਆ ਤੇ ਕਈ ਵਾਰ ਕਈ ਵਾਹਾਂ ਜਿਹੜੇ ਚੇਂਜ ਕਿਤੇ ਤਾਂ ਕਿ ਉਹ ਪੁਲਿਸ ਨੂੰ ਜਿਹੜਾ ਕਿ ਚੱਕਮਾ ਦੇ ਸਕਣ ਤੇ ਉਹਨਾਂ ਨੇ ਗਲੀਆਂ ਦਾ ਵੀ ਪੂਰਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਪਿੰਡਾਂ ਦਾ ਕਿ ਜਿਵੇਂ ਅਸੀਂ ਤਸਵੀਰ 'ਚ ਦੇਖਿਆ ਕਿ ਪਹਿਲਾਂ ਨਜ਼ਰ ਰੱਖ ਰਹੇ ਇੱਕ ਪੰਜ ਥੋੜੀ ਦੇਰ ਦੇਖਦੇ ਕਿ ਕੋਈ ਗੱਡੀ ਆ ਰਹੀ ਹੈ ਨਹੀਂ ਫਿਰ ਇੱਕ ਗੱਡੀ ਨੂੰ ਬੈਕ ਕਰਾ ਕੇ ਫੜਾੜਾ ਉੱਤੇ ਬੈਠ ਕੇ ਨਿਕਲ ਜਾਂਦੇ ਨੇ ਯਾਨੀ ਕਿ ਚਲਾਕੀ ਦੇ ਨਾਲ ਪੂਰੇ ਜਿਹੜੇ ਕਿ ਜੀਜ਼ ਨੂੰ ਉਹਨਾਂ ਨੇ ਦੇਖਿਆ ਕਿ ਕਿੱਦਾਂ ਪੁਲਿਸ ਤੋਂ ਉਹ ਜਿਹੜਾ ਬਚ ਕੇ ਨਿਕਲੇ ਹੈਗੇ ਅਜ ਇਹ ਪਤਾ ਲੱਗ ਪਿਆ ਜਿਹੜੀ ਤੀਜੀ ਤਸਵੀਰ ਅੱਜ ਸਾਹਮਣੇ ਆਈ ਹੈ ਨਵੇਂ ਇੱਕ ਸੀਸੀਟੀਵੀ ਫੁਟੇਜ ਜਿਹੜੀ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਕਿਸੇ ਪਿੰਡ ਦੇ ਵਿੱਚ ਦਿਖਾਈ ਦੇ ਰਹੇ ਆ ਘਰ ਦੇ ਬਾਹਰ ਖੜੇ ਆ ਇਹ ਇਹਦੀ ਲੋਕੇਸ਼ਨ ਟ੍ਰੇਸ ਟ੍ਰੇਸ ਹੋ ਪਾਈ ਹੈ ਪੁਲਿਸ ਨਾਲ ਪੁਲਿਸ ਸੂਤਰਾਂ ਤੋਂ ਕੋਈ ਜਾਣਕਾਰੀ ਮਿਲ ਪਾਈ ਹੈ ਕਿੱਥੋਂ ਦੀ ਲੋਕੇਸ਼ਨ ਆ ਕਿਤੇ ਲੋਕੇਸ਼ਨ ਤਾਂ ਅਜੇ ਤੱਕ ਟਰੈਕ ਨਹੀਂ ਹੋ ਪਾਈ ਪਰ ਮੈਂ ਤੁਹਾਨੂੰ ਦੱਸਦਾ ਕਿ ਇਹ ਲੋਕੇਸ਼ਨ ਅਗਰ ਇਹ ਗੱਲ ਕਿਤੇ ਆਵੇ ਸ਼ਾਹਕੋਟ ਤੇ ਮਹਿਦਪੁਰ ਇਲਾਕੇ ਕਿਉਂਕਿ ਇਹਦੇ ਵਿੱਚ ਪੁਲਿਸ ਨੇ ਬਹੁਤ ਜ਼ਿਆਦਾ ਚੌਕਸੀ ਜਿਹੜੀ ਕਿ ਵਧਾਈ ਹੋਈ ਹੈ ਪੁਲਿਸ ਨੇ ਨਾਕਾਬੰਦੀ ਬੜੀ ਸਟਰੋਂਗ ਕੀਤੀ ਹੈ ਕਿਉਂਕਿ ਕੱਲ ਵੀ ਜਦੋਂ ਰਾਤ ਨੂੰ ਜਦੋਂ ਇਹਨਾਂ ਦੇ ਚਾਚਾ ਦੇ ਜਦੋਂ ਡਰਾਈਵਰ ਨੂੰ ਪਕੜੇ ਤਾਂ ਉਸ ਦੌਰਾਨ ਵੀ ਕਾਫੀ ਅਟਕਲਾ ਲੱਗ ਰਿਸੀ ਕਿ ਸ਼ਾਇਦ ਕਿਤੇ ਨਾ ਕਿਤੇ ਭਾਈ ਅਮਰਿਤਪਾਲ ਵੀ ਇੱਥੇ ਹੀ ਹੋ ਸਕਦੇ ਨੇ ਲੇਕਿਨ ਜਦੋਂ ਜਦੋਂ ਉੱਥੇ ਉਹਨਾਂ ਨੂੰ ਜਿਹੜਾ ਕਿ ਪਕੜਨ ਗਏ ਤੇ ਉੱਥੇ ਭਾਈ ਅਮਰਿਤਪਾਲ ਜਿਹੜੇ ਕਿ ਮੌਜੂਦ ਜਿਹ ਜਾਨੀ ਕਿ ਇਹਦੇ ਵੀ ਇਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਲੰਧਰ ਵਿੱਚ ਹੀ ਜਿਹੜਾ ਨਕੋਦਰ ਏਰੀਆ ਜਾਂ ਫਿਰ ਸ਼ਾਹਕੋਟ ਏਰੀਆ ਇਹਦੇ ਆਸ-ਪਾਸ ਦੇ ਕਿਸੇ ਪਿੰਡ ਵਿੱਚ ਭਾਈ ਅਮਰਿਤਪਾਲ ਹੋ ਸਕਦੇ ਨੇ ਜੀ ਬਹੁਤ ਸ਼ੁਕਰੀਆ ਰਗਵੇ ਇਸ तमाम ਜਾਣਕਾਰੀ ਦੇ ਲਈ ਸੋ ਤੀਜੀ ਤਸਵੀਰ ਤਲਾਸ਼ ਜਾਰੀ ਹੈ ਅਮਰਿਤਪਾਲ ਜਾਰੀ ਹੈ ਭਾਗ ਸੋ ਦੋ ਤਸਵੀਰਾਂ ਇੱਕ 1155 ਇੱਕ 1157 ਉਹ ਤੁਹਾਨੂੰ ਦਿਖਾਈ ਇਹ ਤੀਜੀ ਤਸਵੀਰ ਅੱਜ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਸ਼ਾ ਕੋਟ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਦਾ ਇਹ ਏਰੀਆ ਕਿਹਾ ਜਾ ਰਿਹਾ ਯਾਰ ਇਸ ਤਸਵੀਰ ਦੇ ਵਿੱਚ ਅਮਰਿਤਪਾਲ ਸਿੰਘ ਕਿਸੇ ਪਿੰਡ ਦੀ ਕਿਸੇ ਗਲੀ ਚ ਦਿਖਾਈ ਦੇ ਰਹੇ ਨੇ ਕੁਝ ਦੇਖ ਰਹੇ ਹੈ ਬਾਹਰ ਖੜੇ ਹੋਏ ਸ਼ਾਇਦ ਸਾਹਮਣੇ ਰੋਡ ਤੇ ਕੀ ਹਲਚਲ ਹੈ ਉਸ ਨੂੰ ਦੇਖਦੇ ਹੋਏ ਉਹਨੂੰ ਦੇਖ ਰਹੇ ਆ ਉਸ ਤੋਂ ਬਾਅਦ ਇਸੇ ਘਰ ਦੇ ਵਿੱਚੋਂ ਇੱਕ ਗੱਡੀ ਹੈ ਜਿਹੜੀ ਉਹ ਨਿਕਲਦੀ ਆ ਬਾਹਰ ਤੇ ਉਹਦੇ 'ਚ ਫਿਰ ਤੇਜ਼ੀ ਦੇ ਨਾਲ ਬੈਠਦੇ ਹੋਏ ਤੇਜ਼ੀ ਦੇ ਨਾਲ ਬੈਠਦੇ ਹੋਏ ਤੁਹਾਨੂੰ ਦਿਖਣਗੇ ਤੇ ਫਿਰ ਇੱਥੋਂ ਚਲੇ ਜਾਂਦੇ ਨੇ ਸੋ ਇਹ ਇਹ ਹੈ ਜਿਹੜੀ ਤਸਵੀਰ ਤੁਹਾਨੂੰ ਮੈਂ ਦੱਸ ਰਿਹਾ ਸੀ ਗੱਲ ਕਰ ਰਿਹਾ ਸੀ ਇਹ ਸ਼ਾ ਕੋਟ ਦੇ ਨੇੜੇ ਦੇ ਪਿੰਡ ਨੇ ਸ਼ਾ ਕੋਟ ਏਰੀਏ ਦੇ ਆਲੇ ਦੁਆਲੇ ਦੇ ਪਿੰਡ ਨੇ ਸ਼ਾ ਕੋਟ ਮਲਸੀਆਂ ਦੇ ਇਸੇ ਦੇ ਵਿੱਚ ਇੱਕ ਤੁਸੀਂ ਦੇਖ ਸਕਦੇ ਹੋ ਇਹ ਅਮਰਿਤਪਾਲ ਸਿੰਘ ਵਰਗਾ ਹੁਲ ਗਿਆ ਹੈ ਇਸ ਸ਼ਖਸ ਦਾ ਅਮਰਿਤਪਾਲ ਸਿੰਘ ਹੀ ਲੱਗ ਰਹੇ ਨੇ ਇਹ ਔਰ ਇਹ ਕਿਸੇ ਪਿੰਡ ਦੀ ਗਲੀ ਦੇ ਵਿੱਚ ਹੈ ਜਿੱਥੋਂ ਇਹ ਸਿੱਧਾ ਦੇਖ ਰਹੇ ਹੈ ਰੋਡ ਜਿਹੜਾ ਸਾਹਮਣੇ ਜਾ ਰਿਹਾ ਹੁਣ ਲਿੰਕ ਰੋਡ ਉਸ ਦੇ ਵੱਲ ਉਸ ਤੇ ਕੀ ਹਲਚਲ ਹੈ ਇਸ ਤੋਂ ਬਾਅਦ ਫਿਰ ਇਹ ਗੱਡੀ ਇੱਕ ਬੈਕ ਕਰਾਉਂਦੇ ਤੇ ਫਿਰ ਇਸੇ ਦੇ ਵਿੱਚ ਬੈਠਦੇ ਹੋਏ ਆ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਅਮਰਿਤਪਾਲ ਸਿੰਘ ਹੋ ਰਾਂ ਦਾ ਕੋਈ ਸਮਰਥਕ ਲੱਗ ਰਿਹਾ ਜੋ ਐਂਡੈਵਰ ਦੇ ਵਿੱਚੋਂ ਇੱਥੋਂ ਉਤਰਿਆ ਹੈ ਮਾਫ ਕਰਨਾ ਫੋਰਚੂਨਰ ਕਾਰਟ ਜੁਨਰ ਦੇ ਵਿੱਚੋਂ ਇੱਥੋਂ ਉੱਤਰਿਆ ਤੇ ਉਸ ਤੋਂ ਬਾਅਦ ਕਿਸੇ ਘਰ ਦੇ ਵਿੱਚ ਚਲੇ ਜਾਂਦਾ ਇੱਥੇ ਆ ਕਿਸੇ ਦਾ ਮੋਟਰਸਾਈਕਲ ਹੈ ਜਿਹੜਾ ਉਹ ਵੀ ਖੜਾ ਸੀ ਤੇ ਉਹਨੂੰ ਵੀ ਟੱਕਰ ਮਾਰੀ ਗਈ ਹੈ ਇੱਥੋਂ ਸੋ ਆ ਦੋ ਤਸਵੀਰਾਂ ਨੇ ਤੁਹਾਡੇ ਸਾਹਮਣੇ ਉੱਥੇ ਕੋਈ ਸਮਰਥਕ ਉਤਰਦਾ ਇਹ ਕੱਲ 11:55 ਮਿੰਟ ਦੀਆਂ ਤਸਵੀਰਾਂ ਨੇ ਉਸ ਤੋਂ ਬਾਅਦ 11:57 ਦੀਆਂ ਤਸਵੀਰਾਂ ਨੇ ਸਾਡੇ ਕੋਲ ਇੱਕ ਸੀਸੀ ਫੁਟੇਜ ਸੀਸੀਟੀਵੀ ਫੁਟੇਜ ਦੇ ਵਿੱਚ ਹੈ ਤਾਂ ਇਹ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਇਹ ਇੱਕ ਮੋਟਰਸਾਈਕਲ ਨੂੰ ਟੱਕਰ ਮਾਰਦੀ ਹੋਈ ਇਸ ਤੋਂ ਪਹਿਲਾਂ ਇੱਕ ਸ਼ਖਸ ਇਸ ਦੇ ਵਿੱਚ ਉਤਰਦਾ ਜਿਹੜਾ ਅਮਰਿਤਪਾਲ ਸਿੰਘ ਦਾ ਕੋਈ ਸਮਰਥਕ ਲੱਗ ਰਿਹਾ ਹੈ ਇਹ ਉਤਰਦਾ ਉਹ ਚਲਾ ਜਾਂਦਾ ਅੰਦਰ ਕਿਸੇ ਘਰ ਦੇ ਵਿੱਚ ਤੇ ਇਸ ਤੋਂ ਬਾਅਦ ਉਹ ਮੋਟਰਸਾਈਕਲ ਨੂੰ ਟੱਕਰ ਮਾਰਦੀ ਹੋਈ ਜਿਹੜੀ ਗੱਡੀ ਹੈ ਉਹ ਨਿਕਲ ਜਾਂਦੀ ਹੈ ਇਹ ਜਿਹੜੀਆਂ ਦੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਅੱਜ ਸਵੇਰ ਤੋਂ 11:55 ਔਰ 11 57 ਦੀਆਂ ਤਸਵੀਰਾਂ ਨੇ 55 ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਗੱਡੀ ਹੈ ਜਿਹੜੀ ਮਰਸੀਡੀਜ਼ ਉਹ ਦਿਖਾਈ ਦਿੰਦੀ ਹੈ ਔਰ ਇੱਥੋਂ ਉਹ ਗਾਇਬ ਹੋ ਜਾਂਦੀ ਹੈ ਤਾਂ 2 ਮਿੰਟ ਦਾ ਜਿਹੜਾ ਵਕਫਾ ਹੈ ਇਸ ਵਕਫੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਕਿੱਥੇ ਗਾਇਬ ਹੋਏ ਇਹੀ ਲਿੰਕ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਪਰ ਹੁਣ ਜੋ ਚੀਜ਼ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ ਉਹ ਤੀਜੀ ਸੀਸੀਟੀਵੀ ਫੁਟੇਜ ਜੋ ਕਿਸੇ ਪਿੰਡ ਦੀ ਲੱਗ ਰਹੀ ਹੈ ਸੋ ਇਹ ਤਸਵੀਰਾਂ ਨੇ ਇਹ 11:55 ਦੀ ਤਸਵੀਰ ਹੈ 11:55 ਦੀ ਤਸਵੀਰ ਹੈ ਜਿਸ ਦੇ ਵਿੱਚ ਇੱਕ ਮਰਸੀਡੀਜ਼ ਫੋਰਮੈਟਿਕ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈਗੀ ਤੁਸੀਂ ਦੇਖ ਪਾਉਂਗੇ ਮਰਸੀਡੀਜ਼ ਫੋਰਮੈਟਿਕ ਉਸੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਿਖਾਈ ਦੇ ਰਿਹਾ ਹੈ ਇਹ ਕੱਲ 11:00 ਵਜੇ 55 ਮਿੰਟ ਦੀ ਫੁਟੇਜ ਸ਼ਾ ਕੋਟ ਦੇ ਨੇੜੇ ਦੀ ਹੈ ਸੋ ਇਹ ਇਹ ਹੈ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਮਰਸੀਡੀਜ਼ ਫੋਰਮੈਟਿਕ ਜਿਹੜੀ ਗੱਡੀ ਹੈ ਉਸ ਦੇ ਵਿੱਚ ਅਮਰਿਤਪਾਲ ਸਿੰਘ ਬੈਠੇ ਹੋਏ ਅਮਰਿਤਪਾਲ ਸਿੰਘ ਦਿਖਾਈ ਦਿੰਦੇ ਆ ਇਹ 11:55 ਮਿੰਟ ਜਦੋਂ ਤੁਸੀਂ ਉਹ ਜਿਹੜਾ ਉੱਪਰਲਾ ਕਿਨਾਰਾ ਹੈ ਉੱਥੇ ਦੇਖੋਗੇ ਤਾਂ 11:55 ਮਿੰਟ ਲਿਖਿਆ ਹੋਇਆ 18/3/2023 11:55 39 ਸੈਕਿੰਡ ਸੋ ਇਹ 11:55 ਜਿਸ ਦੇ ਵਿੱਚ ਪਹਿਲੀ ਜਿਹੜੀ ਗੱਡੀ ਜਾ ਰਹੀ ਹੈ ਮਰਸੀਡੀਜ਼ ਫੋਰਮੈਟਿਕ ਉਸ ਦੇ ਵਿੱਚ ਅਮਰਿਤਪਾਲ ਸਿੰਘ ਮੌਜੂਦ ਹੈ ਦੂਜੀ ਇਹ ਜਿਹੜੀ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਕਿਸੇ ਬਾਜ਼ਾਰ ਦੀ ਕੋਈ ਗਲੀ ਹੈ ਕਨਜਸਟਡ ਏਰੀਆ ਜਿਸ ਦੇ ਵਿੱਚੋਂ ਨਿਕਲਦੇ ਆ ਉੱਥੋਂ ਇਹ ਗੱਡੀ ਹੈ ਜਿਹੜੀ ਮਰਸੀਡੀਜ਼ ਹੈ ਉਹ ਗਾਇਬ ਹੈ ਇੱਕ ਫੋਰਚੂਨਰ ਹੈ ਜੋ ਇੰਡੈਵਰ ਜਿਸ ਦੇ ਵਿੱਚੋਂ ਅਮਰਿਤਪਾਲ ਸਿੰਘ ਹੋਰਾਂ ਦਾ ਇੱਕ ਸਮਰਥਕ ਬਾਹਰ ਨਿਕਲਦਾ ਸੋ ਇਹ ਕੱਲ ਦੀਆਂ ਦੋ ਤਸਵੀਰਾਂ ਨੇ 2 ਮਿੰਟ ਦੇ ਵਿੱਚ ਅਮਰਿਤਪਾਲ ਸਿੰਘ ਜਿਹੜੇ ਹੈ ਉਹ ਕਿਤੇ ਗਾਇਬ ਹੋਏ ਨੇ ਇਸ ਦੇ ਵਿੱਚ ਦਿਖਾਈ ਦੇ ਰਹੇ ਆ ਤੇ ਇਸ ਦੇ ਵਿੱਚ ਉਹ ਗੱਡੀ ਨਹੀਂ ਹੈ 2 ਮਿੰਟ ਦੇ ਵਿੱਚ ਉਹ ਗਾਇਬ ਹੋਏ ਅੱਗੇ ਇਸ ਤੋਂ ਬਾਅਦ ਇੱਥੇ ਪੁਲਿਸ ਵੀ ਇਸ ਘਰ ਦੇ ਵਿੱਚ ਪਹੁੰਚਦੀ ਹੈ ਜਦੋਂ ਉਹਨਾਂ ਦਾ ਸਮਰਥਕ ਇੱਕ ਇੱਥੇ ਉੱਤਰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੈਰਾ ਮਿਲਟਰੀ ਵੀ ਹੈ ਤੇ ਪੰਜਾਬ ਪੁਲਿਸ ਵੀ ਹੈ ਜਿਹੜੀ ਉਹ ਇਸ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਕੱਲ ਦੀਆਂ ਤਸਵੀਰਾਂ 2 ਮਿੰਟਾਂ ਦੇ ਵਿੱਚ ਅਮਰਿਤਪਾਲ ਸਿੰਘ ਗਾਇਬ ਹੋਏ ਕਿੱਥੇ ਗਾਇਬ ਹੋਏ ਇਹ ਕੱਲ ਦਾ ਸਵਾਲ ਪੁਲਿਸ ਸੋਲਵ ਕਰਨ ਦੇ ਵਿੱਚ ਲੱਗੀ ਹੋਈ ਆ। ਤੀਜੀ ਤਸਵੀਰ ਹੈਗੀ ਜਿਹੜੀ ਉਹ ਅੱਜ ਆਈ ਹੈ। ਜਿਹੜੀ ਕਿਸੇ ਪਿੰਡ ਦੀ ਐ ਸੋ ਇੱਥੋਂ ਉਹ ਜਿਹੜਾ 11:55 ਤੋਂ 11:57 ਤੱਕ ਦਾ ਸ਼ਿਫਟ ਐ ਉਸ 2 ਮਿੰਟ ਦੇ ਵਿਚਕਾਰ ਅਮਰਿਤਪਾਲ ਸਿੰਘ ਕਿਸੇ ਹੋਰ ਰੂਟ ਤੇ ਗੱਡੀ ਆਪਣੀ ਉਤਾਰਦੇ ਐ ਤੇ ਫਿਰ ਚਲੇ ਜਾਂਦੇ ਐ ਇਹ ਅੱਜ ਦੀ ਤੀਜੀ ਤਸਵੀਰ ਐ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਵਰਗਾ ਹੁਲੀਆ ਰੱਖਣ ਵਾਲਾ ਇੱਕ ਸ਼ਖਸ ਖੜਾ ਐ ਸੰਭਵ ਤੌਰ ਤੇ ਅਮਰਿਤਪਾਲ ਹੀ ਨੇ ਜਿਹੜੇ ਸਾਹਮਣੇ ਆ ਰਿਹਾ ਲਿੰਕ ਰੋਡ ਐ ਜਿਹੜਾ ਉੱਥੋਂ ਦੀ ਹਲਚਲ ਵੇਖ ਰਹੇ ਐ ਕਿ ਕਿਹੜੀ ਗੱਡੀ ਜਾ ਰਹੀ ਐ ਜੇ ਜੇ ਤੁਸੀਂ ਦੇਖੋਗੇ ਗੇਟ ਦੇ ਅੰਦਰ ਤਾਂ ਗੇਟ ਦੇ ਅੰਦਰ ਇੱਕ ਗੱਡੀ ਤੁਹਾਨੂੰ ਖੜੀ ਹੋਈ ਦਿਖਾਈ ਦੇ ਰਹੀ ਹੈਗੀ ਜਿਹੜੀ ਮਰਸੀਡੀਜ਼ ਫੋਰਮੈਟਿਕ ਹੀ ਹੈ ਜਿਸ ਗੱਡੀ ਦੀ ਤਸਵੀਰ ਤੁਸੀਂ 11:55 ਦੀ ਜਿਹੜੀ ਫੁਟੇਜ ਹੁਣੇ ਵਿਖਾਰੇ ਸੀ ਅਸੀਂ ਉਸ ਦੇ ਵਿੱਚ ਦੇਖੀ ਸੋ ਇਹ ਚਕਮਾ ਦਿੱਤਾ ਗਿਆ ਪੁਲਿਸ ਨੂੰ ਔਰ ਕਿਤੋਂ ਵੀ ਇਹ ਡੋਜ਼ ਮਾਰ ਕੇ ਆ ਜਿਹੜੀ ਗੱਡੀ ਪਿੰਡਾਂ ਦੇ ਵੱਲ ਉਤਾਰ ਲਈ ਗਈ ਫਿਰ ਇਹ ਕਿਸੇ ਪਿੰਡ ਦੀ ਫੁਟੇਜ ਦਿਖ ਰਹੀ ਹੈ ਪਿੰਡ ਦੀ ਕੋਈ ਗਲੀ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਪਹਿਲਾਂ ਬਾਹਰ ਆ ਕੇ ਦਿਖਾਈ ਬਾਹਰ ਤੋਂ ਬਾਹਰ ਦਿਖ ਰਹੇ ਆ ਅੱਗੇ ਆਉਂਦੇ ਆ ਉਸ ਤੋਂ ਬਾਅਦ ਫਿਰ ਖੁਦ ਗੱਡੀ ਹੈ ਜਿਹੜੀ ਉਹਨਾਂ ਦੀ ਉਹਨੂੰ ਬੈਕ ਕਰਾਉਂਦੇ ਆ ਫਿਰ ਉਸ ਤੋਂ ਬਾਅਦ ਤੇਜ਼ੀ ਦੇ ਨਾਲ ਤੁਸੀਂ ਦੇਖੋਗੇ ਭੱਜ ਕੇ ਉਸ ਗੱਡੀ ਦੇ ਵਿੱਚ ਬੈਠਦੇ ਆ ਅਮਰਿਤਪਾਲ ਸਿੰਘ ਹੀ ਦਿਖਾਈ ਦੇ ਰਹੇ ਨੇ ਫਿਰ ਉਸ ਗੱਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਤੇਜ਼ੀ ਦੇ ਨਾਲ ਇਸ ਗੱਡੀ 'ਚ ਬੈਠਦੇ ਆ ਫੇਰੇ ਗੱਡੀ ਹੈ ਜਿਹੜੀ ਉੱਥੋਂ ਚਲੀ ਜਾਂਦੀ ਹੈ ਇਹ ਉਹੀ ਦੱਸਿਆ ਜਾ ਰਿਹਾ ਕਿ ਉਹੀ ਮਰਸੀਡੀਜ਼ ਫਰਮੈਟਿਕ ਜਿਹੜੀ ਗੱਡੀ ਹੈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਤੁਸੀਂ 1155 ਦੀ ਫੁਟੇਜ ਦੇ ਵਿੱਚ ਦੇਖਿਆ ਸੀ ਤਸਵੀਰਾਂ ਦੇ ਵਿੱਚ ਦੇਖਿਆ ਸੀ ਜਿਸ ਦੇ ਵਿੱਚ ਗੱਡੀ ਦਿਖਾਈ ਦੇ ਰਹੀ ਹੈ 1157 ਵਾਲੀ ਜਿਹੜੀ ਫੁਟੇਜ ਹੈ ਉਹਦੇ 'ਚ ਗੱਡੀ ਨਹੀਂ ਦਿਖਾਈ ਦੇ ਰਹੀ ਜਿਹੜੀ ਟਾਲ ਲਈ ਗਈ ਜਦੋਂ ਪੁਲਿਸ ਨੂੰ ਡੋਜ ਕੀਤਾ ਅਮਰਿਤਪਾਲ ਸਿੰਘ ਦੇ ਡਰਾਈਵਰ ਨੇ ਸੋ ਇਹ ਤਸਵੀਰਾਂ ਨੇ ਅਮਰਿਤਪਾਲ ਸਿੰਘ ਕਿੱਥੇ ਗਾਇਬ ਹੋਏ 2 ਮਿੰਟ ਦੇ ਵਿੱਚ ਸ਼ਾਇਦ ਕਿਸੇ ਪਿੰਡ ਦੀ ਗਲੀ ਦੇ ਵਿੱਚ ਗਾਇਬ ਹੋਏ ਜਿਸ ਤੋਂ ਬਾਅਦ ਆਪਣੀ ਗੱਡੀ ਤੇ ਸਵਾਰ ਉਹ ਹੋ ਗਿਆ